ਨਾਲ 6 ਤੋਂ 8 ਕਿੱਲੇ ਦੇ ਕੰਮ ਕਰ ਸਕਦਾ ਹੈ ਤੇ 50,000 40,000 ਦੀ ਦਿਹਾੜੀ ਲਾਂਦਾ 20-25,000 ਰੁਪਇਆ ਨੈਟ ਪ੍ਰੋਫਿਟ ਹੈ ਉਹਦਾ ਦਿਹਾੜੀ ਦਾ ਇੱਕ ਦਿਨ ਦਾ ਇੱਕ ਦਿਨ ਚ ਕਿੰਨੀ ਏਕੜ 8 ਤੋਂ 10 ਕਿੱਲੇ ਬਣਾਏ ਨਾਲ ਸਕੂਨ ਨਾਲ ਵੜ ਲੈਂਦੀ ਹੈ 8 ਤੋਂ 10 ਕਿੱਲੇ ਔਰ ਪਿੱਛੇ ਇਹਦੇ ਚੱਲਣਾ ਵੀ ਨਹੀਂ ਪੈਂਦਾ ਸੀਟ ਵਗੈਰਾ ਵੀ ਲੱਗ ਜਾਂਦੀ ਹੈ ਸੀਟ ਵਗੈਰਾ ਵੀ ਲੱਗ ਜਾਂਦੀ ਹੈ ਇਹਦੇ ਨਾਲ ਜ਼ਬਰਦਸਤ ਹੋ ਗਿਆ ਤੇ ਇਹਦਾ ਖਰਚਾ ਕਿੰਨਾ ਕ ਹੈ ਭਾਈ ਜਾਨ ਇਹਦਾ ਨਾ ਖਰਚਾ ਪੂਰਾ ਖਰਚਾ ਇਹ ਕਿੱਲੇ ਦਾ ਨਾ 2.5 ਲੀਟਰ ਤੇਲ ਪਿੰਦੀ ਹੈ ਠੀਕ ਹੈ ਤੇ ਉਹ ਸਮਝੋ ਤੁਸੀਂ ਕਿ 1000 ਰੁਪਏ ਦਾ ਤੇਲ ਹੋ ਗਿਆ ਤੇ 8 ਕਿੱਲੇ ਵੱਡੇ ਨੇ 8000 ਰੁਪਏ ਦਾ ਤੁਸੀਂ ਤੇਲ ਲਾ ਲਓ ਤੇ ਮੋਬਲਾਈਲ ਦਾ ਖਰਚਾ 1000 ਰੁਪਏ ਦਿਹਾੜੀ ਦਾ ਲਾ ਲਓ ਇੰਨਾ ਹੁੰਦਾ ਨਹੀਂ ਹੈ ਬੰਦੇ ਦੀ ਦਿਹਾੜੀ ਜੇ 2 ਬੰਦੇ ਲੱਗੇ ਹੋਏ ਨੇ ਤੁਹਾਡੇ 4-4000 ਰੁਪਏ ਉਹਨਾਂ ਦੀ ਦਿਹਾੜੀ ਲਾ ਲਓ 2-2000 ਰੁਪਏ ਮਤਲਬ 4000 ਰੁਪਏ ਆ ਗਿਆ 13 ਤੋਂ 15000 ਰੁਪਏ ਦਾ ਖਰਚਾ ਹੈ ਠੀਕ ਹੈ ਠੀਕ ਹੈ 2000 ਰੁਪਏ ਤੁਸੀਂ ਇਹਦੀ ਡੈਪਰੀਸੀਏਸ਼ਨ ਕਟੌਤੀ ਵੀ ਪਾ ਲਓ ਕਿ ਬਈ ਕੋ ਪੁਰਜ਼ਾ ਕਸਣ ਦੇ ਆ 15000 ਰੁਪਏ ਖਰਚਾ ਕੱਢ ਕੇ ਤੁਸੀਂ ਇਹ ਦਿਹਾੜੀ ਦਾ 25000 30000 35000 ਰੁਪਏ ਨੈਟ ਕਾਰ ਕਰ ਸਕਦੇ ਹੋ ਸਹੀ ਹੈ ਠੀਕ ਹੈ ਤੋ ਆਪਕੇ ਪਾਸ ਹਮ ਆਏ ਹਨ ਕਿ ਆਪਕੇ ਪਾਸ ਕੋ ਐਸੇ ਕੌਨ ਸੇ ਔਜ਼ਾਰ ਹੈ ਜੋ ਲੋਗੋ ਕੋ ਫਾਇਦਾ ਦੇ ਸਕਤੇ ਹੈ ਔਰ ਲੋਗ ਇਨਸੇ ਜੋ ਹੈ ਵੋ ਅਰਨਿੰਗ ਵੀ ਕਰ ਸਕਤੇ ਹੈ ਔਰ ਕਿਸਾਨ ਹਜ਼ਰਾਤ ਜੋ ਹੈ ਇਨਸੇ ਫਾਇਦਾ ਵੀ ਉਠਾ ਸਕੇ आसिम भाई मार्केट में आपने विजिट किया है हमारी बड़ी यूनिक दुकान है यहाँ पे आपको ट्रैक्टर वाला औजार नहीं कोई नजर आ रहा होगा जी जी ट्रैक्टर वाले औजार बहुत कम है जो खुद इंजन पे चलने वाले औजार है ना वो हमारे पास ज्यादा होते हैं ठीक है तो इसके अंदर पंजाबी च गल करा तो जेडी कोई बंदा दिहाड़ी करना चाहता है ना मजदूरी करना चाहता है जिवें लोकी पहला दातियां लगन वास्ते दे देंगे बिल्कुल ऐसा ही पूरा ਘਰ ਜਿਹੜਾ 10-12 ਬੰਦਿਆਂ ਦਾ ਇੱਕ ਕਿਲਾ ਦਿਹਾੜੀ ਦਾ ਵੱਢਦਾ ਸੀ ਜੀ ਜੀ ਉਹ ਨਾ ਤੇ ਉਸ ਤਰ੍ਹਾਂ ਦੇ ਮਿਹਨਤੀ ਬੰਦੇ ਰਹੇ ਨੇ ਨਾ ਉਨੀ ਲੇਬਰ ਲੱਭਦੀ ਹੈ ਬਿਲਕੁਲ ਐਸਾ ਹੀ ਹੈ ਤੇ ਉਹ ਜਿਹੜਾ ਕੋਈ ਬੰਦਾ 25-30,000 ਰੁਪਏ ਦੇ ਬਜਟ ਦੇ ਅੰਦਰ ਕੋ ਮਜ਼ਦੂਰੀ ਕਰਨਾ ਚਾਹੁੰਦਾ ਹੈ 25-30,000 ਤੋਂ ਲੈ ਕੇ 50,000 ਰੁਪਏ ਤੱਕ ਜਾਂ ਆਪਣੀ ਜ਼ਮੀਨ ਵੱਢਣਾ ਚਾਹੁੰਦਾ ਹੈ ਠੀਕ ਹੈ ਕਣਕ ਵੱਢਣਾ ਚਾਹੁੰਦਾ ਹੈ ਉਹ ਵੀ ਕੰਮ ਕਰ ਸਕਦਾ ਹੈ ਸਾਡੇ ਕੋਲ ਆ ਕੇ ਮਸ਼ੀਨ ਲੈ ਸਕਦਾ ਦਾਤਰ ਹੁੰਦੇ ਨੇ ਸਾਡੇ ਕੋਲ ਇੰਜਨ ਵਾਲੇ ਆ ਵੇਖੋ ਪਏ ਨੇ 8,000 ਰੁਪਏ ਕਿੱਲੇ ਦੀ ਕਟਾਈ ਹੈ ਠੀਕ ਹੈ ਠੀਕ ਹੈ ਜੀ 4,000 ਰੁਪਏ ਇਦਾਂ ਸਮਝੋ ਮੋਟਾ ਮੋਟਾ ਖਰਚਾ ਹੈ ਠੀਕ ਹੈ ਬੰਦੇ ਦੀ ਦਿਹਾੜੀ ਪਾ ਕੇ ਦਿਹਾੜੀ ਪਾ ਕੇ 2000 ਰੁਪਏ ਬੰਦੇ ਦੀ ਦਿਹਾੜੀ ਪਾ ਕੇ ਪੂਰੇ ਦਿਨ ਦੇ ਅਸੀਂ ਮਸ਼ੀਨ ਦੀ ਡੈਪਰੀਸੀਏਸ਼ਨ ਕਿ ਭਾਈ ਮਸ਼ੀਨ ਦੇ ਪੁਰਜ਼ੇ ਦੀ ਲਾਈਫ ਘਟਣ ਲਈ ਹੈ ਉਹ ਵੀ 500 ਰੁਪਏ ਪਾਇਆ 1500 ਰੁਪਏ ਮੋਬਲਾਈਲ ਪੈਟਰੋਲ ਦਾ ਪਾਇਆ ਠੀਕ ਹੈ 4000 ਰੁਪਏ ਖਰਚਾ ਹੈ 8000 ਰੁਪਏ ਅਰਨਿੰਗ ਹੈ 4000 ਰੁਪਏ ਪਰ ਡੇ ਬੰਦਾ ਕਰ ਸਕਦਾ ਹੈ ਜੇ 30000 ਰੁਪਏ ਲਾਂਦਾ ਹੈ ਨਾ ਤਾਂ ਸਮਝੋ 6 ਦਿਨਾਂ ਦੇ ਅੰਦਰ ਉਹਦੇ ਪੈਸੇ ਵਾਪਸ ਆ ਜਾਂਦੇ ਨੇ ਠੀਕ ਹੈ ਜਾਂ ਦਾਣੇ ਜਾਂ 30000 ਦੇ ਉਹਦੇ ਕੋਲ ਕੈਸ਼ ਆ ਜਾਏਗਾ ਠੀਕ ਹੈ ਇਸੇ ਤਰ੍ਹਾਂ ਹੀ ਜੇ 2 ਬੰਦੇ ਹੋਣ ਚੰਗੀ ਮਸ਼ੀਨ 50000 ਵਾਲੀ ਲੈ ਲੈਣ ਤੇ ਇੱਕ ਦਿਹਾੜੀ ਉਹ 15-16000 ਦੀ ਲਾ ਸਕਦੇ ਨੇ 8000 ਰੁਪਏ ਖਰਚਾ ਕਰਕੇ ਤੇ 8000 ਰੁਪਏ ਬੋਝੀ ਚ ਪਾ ਸਕਦੇ ਜ਼ਬਰਦਸਤ ਹੋ ਗਿਆ ਯਾਨੀ ਕਿ ਇੱਕ ਛੋਟੀ ਜਿਹੀ ਮਸ਼ੀਨ ਲੈ ਕੇ ਤੇ ਦਿਹਾੜੀ ਵੀ ਲੱਗ ਸਕਦੀ ਹੈ ਤੇ ਆਪਣੀ ਗੰਦਮ ਵੀ ਕੱਟੀ ਜਾ ਸਕਦੀ ਹੈ ਬਿਲਕੁਲ ਇਸ ਤਰ੍ਹਾਂ ਹੀ ਸਾਡੇ ਕੋਲ ਨਾ ਮਸਨ ਕੇ ਛੋਟੇ ਤੋਂ ਛੋਟੀ ਵੱਡੇ ਤੋਂ ਵੱਡੀ ਹਰ ਚੀਜ਼ ਹੈ ਇਸੇ ਤਰ੍ਹਾਂ ਹੀ ਆ ਵੇਖੋ ਥੱਲੇ ਇੱਕ ਪਈ ਹੈ ਮਸ਼ੀਨ ਕਣਕ ਨੂੰ ਕੱਟ ਕੇ ਨਾ ਭਰੀਆਂ ਬੰਨਣ ਵਾਲੀ ਮਸ਼ੀਨ ਹੈ ਜਿਹੜੀ ਟਰੈਕਟਰ ਦੇ ਨਾਲ ਚੱਲਦੀ ਹੈ ਜਿਹੜੇ ਸਾਡੇ ਕੋਲ ਗਾਹਕ ਆਂਦੇ ਨੇ ਪੋਟੋਹਾਰ ਪਹਾੜੀ ਇਲਾਕੇ ਸਾਈਡ ਤੋਂ ਜਿੱਥੇ ਲੇਬਰ ਉਕਾ ਹੀ ਨਹੀਂ ਲੱਭਦੀ ਹਾਂਜੀ ਹਾਂਜੀ ਉਹ ਇਸ ਮਸ਼ੀਨ ਦਾ ਇੰਤਖਾਬ ਕਰਦੇ ਨੇ ਆ ਵੇਖੋ ਇਹਦੇ ਨਾਲ ਇਹਦਾ ਬਾਈਂਡਰ ਸਿਸਟਮ ਲੱਗਾ ਆ ਟਰੈਕਟਰ ਨਾਲ ਮਸ਼ੀਨ ਚੱਲਦੀ ਆ ਭਰੀਆਂ ਬੰਨੇਗੀ ਭਰੀਆਂ ਵੀ ਬੰਦੀ ਹੈ ਨਾਲ ਇੰਪੋਰਟਡ ਮਸ਼ੀਨ ਹੈ ਚਾਈਨਾ ਦੀ ਇਹਦੀ ਤੁਹਾਨੂੰ ਵਰਕਿੰਗ ਕਲਿਪਸ ਵੀ ਵਿਖਾਵਾਂਗੇ ਇਹ ਵੀ 3-4 ਸਾਲ ਤੋਂ ਅਸੀਂ ਇਸ ਮਸ਼ੀਨ ਤੇ ਕੰਮ ਕਰ ਰਹੇ ਆ ਬਹੁਤ ਸ਼ਾਨਦਾਰ ਮਸ਼ੀਨ ਹੈ ਇਸ ਤਰ੍ਹਾਂ ਹੀ ਹੁਣ ਇਹ ਮਸ਼ੀਨ ਜਿਹੜੀ ਹੈ ਨਾ ਉਹਨਾਂ ਬੰਦੇ ਵਾਸਤੇ ਜਿਨ੍ਹਾਂ ਟਰੈਕਟਰ ਨਾਲ ਚਲਾਣੀ 11.5 ਲੱਖ ਰੁਪਏ ਦੀ ਹੈ ਮਸ਼ੀਨ ਹੈ ਠੀਕ ਹੈ ਸਿਰਫ ਇਹ ਮਸ਼ੀਨ ਜਿਹੜੀ 11.5 ਲੱਖ ਹਾਂਜੀ ਹਾਂਜੀ ਉਹ 35,000 ਵਾਲੀ ਆਈਟਮ ਇਹ 11.5 ਵਾਲੀ ਇਸ ਦੇ ਦਰਮਿਆਨ ਬਹੁਤ ਜ਼ਿਆਦਾ ਮਸ਼ੀਨਾਂ ਨੇ ਜੀ ਜੀ ਤੁਹਾਨੂੰ ਉਹ ਵੀ ਵਿਖਾਣੇ ਸਾਰੇ ਆਓ ਜੀ ਕੋਈ ਸਾਡਾ ਭਾਈ ਛੋਟਾ ਆਪਣੇ 5-7 ਕਿੱਲੇ ਵੜਨਾ ਚਾਹੁੰਦਾ ਜਾਂ ਦਿਹਾੜੀ ਦੇ 2-3 ਕਿੱਲੇ ਦੀ ਮਜ਼ਦੂਰੀ ਕਰਨਾ ਚਾਹੁੰਦਾ 7 ਹਾਰਸ ਪਾਵਰ ਵਾਲਾ ਮਾਡਲ ਹੈ 7 ਹਾਰਸ ਪਾਵਰ ਵਾਲਾ 7 ਹਾਰਸ ਪਾਵਰ ਮਾਡਲ 3,30,000 ਰੁਪਏ ਦਾ ਬਿਮਾਰ ਰੈਪਰ 3 ਫੁੱਟ ਦਾ ਰੈਪਰ ਦਿਹਾੜੀ ਦੇ 2.5 ਕਿੱਲੇ 3 ਕਿੱਲੇ ਆਰਾਮ ਸਕੂਨ ਨਾਲ ਇਸ ਮਸ਼ੀਨ ਨਾਲ ਵੜ ਸਕਦਾ ਛੋਟੀ ਮਸ਼ੀਨ ਹੈ ਇੰਜਨ ਇਹਦਾ ਆਪਣਾ ਹੈ ਇਹ ਗੇਅਰ ਵਾਲੀ ਮਸ਼ੀਨ ਹੈ ਤਗੜੀ ਹੈ ਜ਼ਬਰਦਸਤ ਇਸ ਤਰ੍ਹਾਂ ਹੀ ਕੋ ਚੰਗੀ ਕੁਆਲਿਟੀ ਦਾ ਰੈਪਰ ਲੈਣਾ ਚਾਹੁੰਦਾ ਦਿਹਾੜੀ ਦੇ ਕੋ 5-6 ਕਿੱਲੇ ਵੜਨਾ ਚਾਹੀਦਾ ਹੈ ਤੇ ਵਾਈਮਾ ਕੰਪਨੀ ਦਾ 4 ਫੁੱਟ ਰੈਪਰ ਵਾਲਾ ਮਸ਼ੀਨ ਇਹ 3 ਫੁੱਟ ਵਾਲਾ ਜਾਂ 4 ਫੁੱਟ ਵਾਲਾ 4 ਫੁੱਟ ਵਾਲਾ ਹੈ ਜ਼ਬਰਦਸਤ ਹੋ ਗਿਆ ਇਹ ਸਾਦੀਆਂ ਮਸ਼ੀਨਾਂ ਨੇ ਇਸ ਤੋਂ ਇਲਾਵਾ ਸਾਡੇ ਕੋ ਫੁੱਲ ਆਟੋਮੈਟਿਕ ਮਸ਼ੀਨਾਂ ਵੀ ਆਏ ਨੇ ਉਹ ਵੀ ਦਿਖਾਣੇ ਆ ਤੁਹਾਨੂੰ ਠੀਕ ਹੈ ਇਹ 4,30,000 ਰੁਪਏ ਦਾ 4,30,000 ਰੁਪਏ ਦਾ ਇਹ ਛੋਟਾ ਜਿਹੜਾ ਕਿੰਨੇ ਦਾ ਦੱਸਿਆ ਜੇ ਇਹ 3,30,000 ਰੁਪਏ 3,30,000 ਜ਼ਬਰਦਸਤ ਹੋ ਗਿਆ ਤੇ ਭਾਈ ਸਾਡੇ ਕੋਲ ਇਹ ਜਿਹੜੀਆਂ ਮਸ਼ੀਨਾਂ ਨੇ ਤੁਹਾਨੂੰ ਨਜ਼ਰ ਆ ਰਹੀਆਂ ਇਹ ਵੇਖੋ ਸਭ ਤੋਂ ਜ਼ਿਆਦਾ ਕਣਕ ਦੇ ਸੀਜ਼ਨ 'ਚ ਮੈਂ ਮਸ਼ੀਨ ਤੁਹਾਨੂੰ ਪਿੱਛੇ ਥੋੜੀ ਕੁ ਕੱਢ ਕੇ ਵਿਖਾਣਾ ਸਭ ਤੋਂ ਜ਼ਿਆਦਾ ਮਜ਼ਦੂਰੀ ਵਾਸਤੇ ਇਹ ਮਸ਼ੀਨ ਚੱਲਦੀ ਹੈ 5 ਫੁੱਟ ਦੇ ਰੈਪਰ ਦਾ ਸਾਈਜ਼ ਹੁੰਦਾ 5 ਫੁੱਟ ਰੈਪਰ ਦਾ ਸਾਈਜ਼ ਹੈ ਚੈੱਕ ਕਰੋ ਜੀ
उस तरह की मशीन है, गेयर ला के छड़ दोगे ना, हाथ दो चक दोगे फिर भी चलती जाएगी। ए बंदे नूं कंट्रोल करन दी फड़ के रखने की जरूरत नहीं, इस दे पिछे सीट भी लग जाती है। ठीक है, बंदा आराम नाल 6 to 8 kilo दे काम कर सकदा, 50,000-40,000 दी दिहाड़ी लांदा, 20-25,000 रुपया नेट प्रॉफिट है उहदा दिहाड़ी दा, इक दिन दा। इक दिन च किन्नी एकड़? 8 to 10 kilo बनाए आराम सुकून नाल वढ लैंदी है। 8 to 10 kilo, और पिछे इहदे चलना भी नहीं पैंदा, सीट वगैरह भी लग जांदी, सीट वगैरह भी लग जांदी इहदे नाल। जबरदस्त हो गया। ते इहदा खर्चा किन्ना क भाई जन? इहदा ना खर्चा, पूरा खर्चा ए किले दा ना 2.5 liter तेल पींदी है। ठीक है, ते ओ समझो तुसी के 1,000 rupees दा तेल हो गया, ते 8 किले वड्डे ने 8,000 rupees दा तुसी तेल ला लो, ते मोबिलाइल दा खर्चा 1,000 rupees दिहाड़ी दा ला लो, इना होंदा नहीं है। बंदे दी दिहाड़ी जे दो बंदे लगे होए ने तुहाडे, 4,000 rupees उहनां दी दिहाड़ी ला लो, 2,000 rupees मतलब 4,000 rupees आ गया, 13 to 15,000 rupees दा खर्चा है। ठीक है, ठीक है, 2,000 rupees ਤੁਸੀਂ ਇਹਦੀ ਡੈਪਰੀਸੀਏਸ਼ਨ ਕਟੌਤੀ ਵੀ ਪਾ ਲਓ ਕਿ ਬਈ ਕੋ ਪੁਰਜ਼ਾ ਕਸਣ ਦਿਆ। ਠੀਕ ਹੈ, 15,000 rupees ਖਰਚਾ ਕੱਢ ਕੇ ਤੁਸੀਂ ਇੱਕ ਦਿਹਾੜੀ ਦਾ 25,000-30,000-35,000 rupees ਨੈਟ ਕਾਰ ਕਰ ਸਕਦੇ। ਜ਼ਬਰਦਸਤ। ਅੱਛਾ ਉਸਾਮਾ ਬਈ, ਤੁਸੀਂ ਪੁਰਜ਼ੇ ਕਸਣ ਦੀ ਗੱਲ ਕਰਦੇ ਪਏ, ਬਹੁਤ ਸਾਰੇ ਲੋਕ ਦੇਖਦੇ ਨੇ ਕਿ ਯਾਰ ਮਸ਼ੀਨ ਤੇ ਬੜੀ ਖੂਬਸੂਰਤ ਹੈ, ਇਹ ਕੰਮ ਵੀ ਬੜਾ ਅੱਛਾ ਕਰਦੀ ਹੈ, ਇਹਦੀ ਕੋਈ ਪੁਰਜ਼ਾ ਖਰਾਬ ਹੋ ਜਾਂਦਾ ਹੈ, ਕੋਈ ਟੁੱਟ ਜਾਂਦਾ ਹੈ? ਸਾਰੇ ਮਿਲ ਜਾਂਦੇ, ਸਾਰੇ ਮਿਲ ਜਾਣਗੇ, ਇਹ ਚ ਮਕੈਨਿਕ, ਇੰਜਨ ਦਾ ਮਕੈਨਿਕ, ਰੈਪਰ ਦਾ ਮਕੈਨਿਕ, ਟੋਟਲ ਪਾਰਟਸ, ਈਚ ਐਂਡ ਐਵਰੀਥਿੰਗ। ਹੁਣ ਤੇ ਸਾਨੂੰ ਇੰਨਾ ਅਰਸਾ ਹੋ ਗਿਆ, 4-5 saal ਹੋ ਗਏ ਨੇ ਮਸ਼ੀਨਾਂ ਵੇਚਦੇ ਆ, ਅਲਹਮਦੁਲਿਲਾ 1,000 ਦੇ ਕਰੀਬ ਯੂਨਿਟ ਮਾਰਕੀਟ ਚ ਸਾਡਾ ਚੱਲ ਰਿਹਾ ਹੈ। ਮਾਸ਼ਾਅੱਲਾ, ਜ਼ਬਰਦਸਤ। ਤੇ ਇਹਦੀ ਕੀ ਪ੍ਰਾਈਸ ਹੈ, ਕਿੰਨੇ ਦੀ ਮਿਲੇਗੀ? ਭਾਈ ਜਿਹੜਾ ਫੁੱਲ ਆਟੋਮੈਟਿਕ, ਫਰਜ਼ ਕਰੋ ਕਿ ਕੋਈ ਸੈਲਫ ਸਟਾਰਟ ਇੰਜਨ, ਸੀਟ, ਸਭ ਕੁਝ ਫੁੱਲ ਪੈਕੇਜ ਲੈਂਦਾ, 6 lakh-6 lakh-10,000-15,000 rupees ਦੇ ਅੰਦਰ ਉਹਨੂੰ ਮਿਲ ਜਾਂਦੀ ਹੈ। ਠੀਕ ਹੈ, ਜੇ ਫਰਜ਼ ਕਰੋ ਕਿਕ ਸਟਾਰਟ ਇੰਜਨ ਡੀਜ਼ਲ ਲੈਂਦਾ ਇਸ ਤਰ੍ਹਾਂ ਦਾ, ਉਹਨੂੰ ਕੋਈ 5 lakh-80,000 rupees ਤੇ ਲੱਗ ਜਾਂਦੀ ਹੈ ਸੀਟ ਤੋਂ ਬਗੈਰ। ਠੀਕ ਹੈ, ਤੇ ਸੀਟ ਤੋਂ ਬਗੈਰ ਵੀ ਲੈ ਸਕਦਾ, ਸੀਟ ਦੇ ਨਾਲ ਵੀ ਲੈ ਸਕਦਾ, ਦੋਵੇਂ ਸਹੂਲਤਾਂ ਮੌਜੂਦ। ਇਹਦੀ ਗੰਦਮ ਤੋਂ ਇਲਾਵਾ ਹੋਰ ਵੀ ਹੈ ਕਿਸੇ? ਬਿਲਕੁਲ, ਬੜਾ ਅੱਛਾ ਤੁਸੀਂ ਸਵਾਲ ਪੁੱਛਿਆ। ਜਿਹੜੀਆਂ ਮਸ਼ੀਨਾਂ ਹੋਣ, ਮੈਂ ਤੁਹਾਨੂੰ ਖਾਣ ਲੱਗਾ ਨਾ ਅੱਗੇ, ਸਾਰੀਆਂ ਸਾਰਾ ਸਾਲ ਇਸਤੇਮਾਲ 'ਚ ਰਹਿੰਦੀਆਂ ਨੇ। ਠੀਕ ਹੈ, ਕਣਕ ਤੋਂ ਬਾਅਦ ਫਰਜ਼ ਕਰੋ, ਕਣਕ ਦੇ ਸੀਜ਼ਨ ਦੇ ਅੰਦਰ ਨਾ ਲੋਕਾਂ ਨੇ ਸਾਨੂੰ ਓਪਨ ਦੱਸਿਆ ਕਿ ਭਾਈ 10 lakh rupees ਦਾ ਅਸੀਂ ਸੀਜ਼ਨ ਲਾਇਆ, ਕਿ 5 lakh rupees ਮਸ਼ੀਨ ਦੀ ਕੀਮਤ ਉਹ ਪੂਰੀ ਕਰਕੇ, 6 lakh rupees ਕਰਕੇ, 4-5 lakh rupees, 3 lakh rupees ਆਪਣੇ ਘਰ ਖੜਦੇ ਨੇ, ਘਰ ਖੜਦੇ ਬਿਲਕੁਲ, ਇੱਕੋ ਸੀਜ਼ਨ, ਇੱਕ ਮਹੀਨੇ ਦੇ ਅੰਦਰ। ਠੀਕ ਹੈ, ਇਹ ਨਹੀਂ ਕਿ ਉਹਨਾਂ ਨੂੰ ਬਹੁਤ ਲੰਬਾ ਇਸਤਿਹਾਰ ਕਰਨਾ ਪੈਂਦਾ, ਜੇ ਕਣਕ ਦੇ ਸੀਜ਼ਨ 'ਚ ਲੈਂਦੇ ਨੇ, ਉਹਨਾਂ ਦੇ ਪੈਸੇ ਮਹੀਨੇ ਡੇਢ 'ਚ ਪੂਰੇ ਹੋ ਜਾਂਦੇ ਨੇ। ਬਿਲਕੁਲ ਐਸਾ ਹੀ, ਉਸ ਤੋਂ ਬਾਅਦ ਇਹਦੇ ਨਾਲ ਤੁਸੀਂ ਸਟਾਲਾ, ਰੋਡ ਗਰਾਸ, ਸਰੋਂ, ਜਵਾਰ, ਮਕਈ, ਬਾਜਰਾ, ਮੂੰਜੀ, ਹਰ ਚੀਜ਼ ਵੱਢ ਸਕਦੇ ਹੋ, ਯਾਨੀ ਕਿ ਜਿੰਨੇ ਵੀ ਚਾਰਾ ਜਾਤ ਨੇ ਸਾਰੇ ਵੱਢੇ ਜਾਣੇ। ਬਿਲਕੁਲ ਬਿਲਕੁਲ। ਅੱਛਾ ਉਸਾਮਾ ਭਾਈ, ਜਿਹੜਾ ਰੈਪਰ ਟਰੈਕਟਰ ਨਾਲ ਚੱਲਦਾ ਹੈ ਨਾ, ਹਾਂਜੀ, ਉਹ ਥੋੜੀ ਕਟਾਈ ਜਿਹੜੀ ਹੈ ਉੱਤੋਂ ਰੱਖ ਕੇ ਕਰਦਾ? ਨਹੀਂ ਨਹੀਂ, ਬਿਲਕੁਲ ਨਹੀਂ, ਉੱਤੋਂ ਰੱਖ ਕੇ ਨਹੀਂ ਕੱਢਦਾ, 1 to 1.5 inch ਉੱਤੇ ਰੱਖ ਕੇ ਜ਼ਮੀਨ ਤੋਂ ਕਟਾਈ ਕਰਦਾ ਸਾਰੇ ਮਾਡਲ, ਸਾਰੇ ਮਾਡਲ ਜਿੰਨੇ ਵੀ, ਹਾਂ ਜਿੰਨੇ ਵੀ, ਕੋਈ ਵੀ ਫਰਕ, ਇਹ ਫਾਇਦਾ ਹੈ ਕਿ ਉਹਦੇ ਨਾਲ ਉਹ ਕਟਾਈ ਅੱਛੀ ਕਰੇਗਾ। ਹਾਂ, 1.5 inch ਤੋਂ ਥੱਲੇ ਨਹੀਂ ਤੁਸੀਂ ਕਰ ਸਕਦੇ, ਉਸ ਤੋਂ ਥੱਲੇ ਕੋਈ ਵੱਢਦਾ ਵੀ ਨਹੀਂ, ਬਿਲਕੁਲ ਸਹੀ, ਉਸ ਤੋਂ ਉੱਤੇ ਜਿੰਨੀ ਮਰਜ਼ੀ ਰੱਖ ਕੇ ਤੁਸੀਂ ਵੱਢ ਸਕਦੇ। ਜ਼ਬਰਦਸਤ ਹੋ ਗਿਆ। ਅੱਛਾ, ਇਸ ਤੋਂ ਇਲਾਵਾ ਇਸ ਤੋਂ ਛੋਟੇ ਮਾਡਲ ਵੀ ਕੋਈ ਹੈ? ਇਸ ਤੋਂ ਛੋਟੇ ਮਾਡਲ ਵੀ ਤੁਹਾਨੂੰ ਦਿਖਾ ਦੇਣਾ, ਦੋਸਤਾਂ ਨੂੰ ਦੱਸਣਾ ਕਿ ਇਹ ਫੁੱਲੀ ਆਟੋਮੈਟਿਕ ਮਾਡਲ ਨੇ। ਠੀਕ ਹੈ, ਮਤਲਬ ਕਿ ਇਹਦੇ ਨਾਲ ਬ੍ਰੇਕ ਸਿਸਟਮ ਲੱਗਾ ਹੋਇਆ। ਠੀਕ ਹੈ, ਮਤਲਬ ਇਹ ਟਾਇਰ ਲਾਕ ਹੋ ਗਿਆ ਇਹਦਾ। ਹਾਂਜੀ ਹਾਂਜੀ, ਹੁਣ ਇਹ ਵਾਲਾ ਟਾਇਰ ਲਾਕ ਹੋ ਗਿਆ, ਮਸਲ ਕਿ ਇਹਨੂੰ ਜ਼ੋਰ ਨਹੀਂ ਲਾਣਾ ਪੈਂਦਾ ਬਿਲਕੁਲ ਵੀ ਤੁਹਾਨੂੰ ਮੋੜਨ ਵਾਸਤੇ ਵੀ। ਠੀਕ ਹੋ ਗਿਆ, ਯਾਨੀ ਕਿ ਅਗਰ ਇਹਨੂੰ ਦੇਖਿਆ ਜਾਏ ਤੇ ਉਂਝ ਤੇ ਵਜ਼ਨੀ ਨਜ਼ਰ ਆ ਰਿਹਾ, ਲੇਕਿਨ ਜਦੋਂ ਚਲਾਇਆ ਜਾਏਗਾ ਤਾਂ ਉਦੋਂ ਬਿਲਕੁਲ, ਮੈਂ ਤੁਹਾਨੂੰ ਦੱਸਿਆ ਨਾ, ਹੱਥ ਵੀ ਛੱਡ ਦਿਓ, ਇੰਜ ਹੱਥਾਂ ਚੋਂ ਹੈਂਡਸ ਅਪ ਕਰ ਦਿਓ, ਫਿਰ ਵੀ ਚੱਲਦਾ ਰਹੇ। ਜ਼ਬਰਦਸਤ ਹੋ ਗਿਆ, ਇਹ ਵੀ ਉਹੀ ਮਾਡਲ ਹੈ? ਇਹ ਜਨਾਬ ਆਲ ਰਾਉਂਡਰ ਮਾਡਲ ਹੈ ਸਾਡਾ, ਸਾਰਾ ਸਾਲ ਚੱਲਣ ਵਾਲਾ ਮਾਡਲ ਹੈ ਇਹ, 1 ਫੁੱਟ ਤੋਂ ਲੈ ਕੇ 12 ਫੁੱਟ ਤੱਕ ਕਿਸੇ ਵੀ ਫਸਲ ਦੀਆਂ ਚਾਰੇ ਦੀ ਕਟਾਈ ਕਰ ਲੈਂਦਾ, 4 ਫੁੱਟ ਸਾਈਜ਼ ਹੈ, 4 ਫੁੱਟ ਸਾਈਜ਼ ਹੈ। ਇਸ ਦੇ ਅੰਦਰ ਆਟੋਮੈਟਿਕ ਰੈਪਰ ਚ ਜਿੰਨੇ ਵੀ ਮਾਡਲ ਨੇ, ਘੱਟ ਤੋਂ ਘੱਟ ਉਹਨਾਂ ਦੀ ਕੀਮਤ 4,60,000 rupees, ਜ਼ਿਆਦਾ ਤੋਂ ਜ਼ਿਆਦਾ ਉਹਨਾਂ ਦੀ ਕੀਮਤ ਜਿਹੜੀ 6 lakh rupees ਤੱਕ। ਜਿਵੇਂ ਇਹ ਜਿਹੜਾ ਮਾਡਲ ਹੈ ਸੈਲਫ ਸਟਾਰਟ ਮਾਡਲ ਹੈ ਸਾਡਾ, ਹਾਂਜੀ, AC 113 HP ਸੈਲਫ ਸਟਾਰਟ ਮਾਡਲ, ਸੀਟ ਦੇ ਨਾਲ ਇਸ ਦੀ ਕੀਮਤ 6 lakh rupees, ਸੀਟ ਤੋਂ ਬਗੈਰ ਇਹਦੀ ਕੀਮਤ ਜਿਹੜਾ 5,75,000 rupees। 5,75,000, ਜ਼ਬਰਦਸਤ, ਸੈਲਫ ਸਟਾਰਟ ਮਾਡਲ। ਇਸ ਦੇ ਅੰਦਰ ਕਿਕ ਸਟਾਰਟ ਵੀ ਹੁੰਦਾ ਹੈ, ਉਸ ਦੇ ਨਾਲ ਕਿ ਇੰਜਨ ਦੀ ਉਹ ਜਿਹੜੀ ਪ੍ਰਾਈਸ ਹੈ ਥੋੜੀ ਬਹੁਤੀ ਘੱਟ ਜਾਂਦੀ ਹੈ, ਜਿਵੇਂ ਉਹ 5.5 lakh ਤੱਕ ਰਾਉਂਡ ਅਬਾਊਟ ਹੈ ਜਿਹੜਾ ਕਿਕ ਸਟਾਰਟ ਇੰਜਨ ਲੈਂਦੇ ਤੁਸੀਂ। ਠੀਕ ਹੋ ਗਿਆ, ਫਿਰ ਇਸ ਮੈਂ ਤੁਹਾਨੂੰ ਦੱਸ ਰਿਹਾ ਸਾਂ 4-60 ਤੋਂ ਮਾਡਲ ਸਟਾਰਟ ਹੋ ਜਾਂਦੇ। ਹਾਂਜੀ ਹਾਂਜੀ, ਇਹ ਜਿਹੜਾ ਮਾਡਲ ਹੈ ਸਿਰਫ ਕਣਕ ਤੇ ਮੂੰਜੀ ਕੱਟਣ ਵਾਸਤੇ ਹੈ। ਠੀਕ ਹੈ, 4,60,000 rupees ਦਾ, ਇਹ ਵੀ 4 ਫੁੱਟ ਸਾਈਜ਼ ਹੈ, ਸਿਰਫ ਕਣਕ ਤੇ ਮੂੰਜੀ ਕੱਟੇਗਾ। ਹਾਂਜੀ ਬਿਲਕੁਲ ਬਿਲਕੁਲ, 7 horsepower ਦਾ ਇੰਜਨ ਹੈ। 7 horsepower ਦਾ ਇੰਜਨ ਹੈ, ਬਿਲਕੁਲ ਬਿਲਕੁਲ। ਇਹ ਪੈਟਰੋਲ ਤੇ ਹੈ? ਪੈਟਰੋਲ ਤੇ ਹੈ, ਜ਼ਬਰਦਸਤ। ਇਸੇ ਤਰ੍ਹਾਂ ਹੀ ਇੱਕ ਹੋਰ ਮਾਡਲ ਹੈ, ਇਹ ਕੋਈ ਰਾਉਂਡ ਅਬਾਊਟ 5 lakh ਦੇ ਕਰੀਬ ਹੈ,
A1 मॉडल है, एचटाला भी वढ़दा है, चरी भी वढ़दा है, 1 फुट तो लैके 8 फुट तक किसी भी फसल या चारे की कटाई करता है। ठीक है, इसके अंदर साढ़े को एक और मॉडल है अगे जो तो भरिया बनने वाला मॉडल विखाया सी। हाँ जी, कई दोस्त कहते हैं साढ़े को ट्रैक्टर नहीं है, लेकिन सानू मशीन ऐसी चाहिए जो रैपर नाल भरिया भी वढ़े। तो यह भरिया बनने वाला मॉडल है, ट्रैक्टर तो बगैर चलता है, 3 फुट का यदा रैपर है। जबरदस्त हो गया, बड़ी जीप गल है, फैक्ट्री वालों की प्राइस ज्यादा है। ट्रैक्टर तो बगैर मॉडल छोटा साइज है, लेकिन साढ़े